अस्सलाम वालेकुम यूट्यूब व्यूवर्स, मैं हूं मोहम्मद तैयब और आप देख रहे हैं दुकान वाला यूट्यूब चैनल। वेलकम टू माय चैनल, प्लीज़ सब्सक्राइब माय चैनल इफ़ यू लाइक आवर वीडियोस। सो लेट्स स्टार्ट द वीडियो। टुडेज वीडियो इज़ अ रिएक्शन वीडियो द मूवी विच नेम इज़ चल मेरा पुत। चल मेरा पुत सब्सक्राइब करके आप। सो लेट्स स्टार्ट द ट्रेलर एंड देन वी कमेंट ऑन इट। So without wasting any time, we should watch that trailer. Balle oye sher jawana tere to sadke jana Punjab de aa kirsana tu shiftan naal matha la daddy peri peina dihadiyan das kinni lagiyan pichle hafte 4 dihadiyan lagiyan mere daddy oh yaar bille 5 nahi lagiyan dihadiyan oh bhrawa teriyan nahi puchhiyan daddy mere 4 hi lagiyan ohdiyan 5 kithon lagiyan le gall kara meri ede naal sasri kaal sasri sasri kaal oh kaka tu aa pakka hai itthe yeah british passport। हाँ जी। ओ याया तो मेनू सिर दा ठक लगन दिया, बच के रही है। तेरा गाना सुने बिना मेनू नींद नहीं आउंदी। ओ नहीं चाचा, अज नहीं गोल टुटे पए आ। उठोगे के पुलिस दी आवाज कटा। ओदे मुड़े ता 150 दी स्पीड ते भज देओ। ਅੱਜ ਦੀ ਰਾਤ ਬੜੀ ਮੁਸ਼ਕਲ ਆ ਨੰਗੀ ਐ। ਯਾਰ ਮੈਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਹੋਈ। ਰਾਤੀ ਵੀ ਲੱਗਾ ਕਿਸੇ ਨੇ ਮੇਰਾ ਮੂੰਹ ਚੱਟਿਆ। ਉੱਠ ਕੇ ਵੇਖਿਆ ਤਾਂ ਕੁੱਤਾ। ਮੈਂ ਆਖਿਆ ਦੁਰ ਉਹਦਾ ਮਾਲਕ ਨੂੰ ਲੈ ਗਿਆ। ਮੈਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਹੋਈ। ਉਹ ਨਹੀਂ ਨਹੀਂ ਸੜਕਾਂ ਤੇ ਸੌਣ ਦੀ ਟੈਨਸ਼ਨ ਮੈਨੂੰ ਵੀ ਕੋਈ ਨਹੀਂ ਪਈ। ਮੇਰੀ ਕਿਹੜੀ ਫੜ ਕੇ ਕਿਸੇ ਨੇ ਟਿੰਡ ਕਰ ਦੇਣੀ। ਅੱਬਾ ਅਸਲਾਮ ਅਲੈਕਮ। ਕਿੱਥੇ ਆ? ਮੈਂ ਕੰਮ ਤੇ ਜੀ। ਕਿਹੜੇ ਕੰਮ ਤੇ? ਆ ਯੂਕੇ ਦਾ ਵਜ਼ੀਰ ਆਜ਼ਮ ਲੱਗ ਗਿਆ ਨਾ। ਜਿਹੜੇ ਬੰਦੇ ਨੇ ਮੈਨੂੰ ਇੱਥੇ ਭੇਜਿਆ ਟਾਬੇ ਤੋਂ ਲਾਤਾ ਉਹਨੇ ਸਫਾਈ ਕਰ ਰਿਹਾ। ਯਾਰ ਵੈਸੇ ਮੁੱਛਾ ਤਾਂ ਵੇਖ, ਲੱਗਦਾ ਕੁੱਤੀ ਲੱਕੜਾਂ ਲੈ ਕੇ ਜਾ ਰਹੀ ਹੈ। ਸੈਲਫੀ ਬਣਾਉਣੀ ਜੇ ਕਿ ਰਿਸ਼ਤਾ ਦੇਣਾ ਜੇ। ਉਹ ਇੱਥੇ ਆਪਣਾ ਬੰਦਾ ਹੈ। ਚਲ ਜਿਨ੍ਹਾਂ ਨੂੰ ਆਪਣੇ ਮੁਲਕ ਕੇ ਸਾਈਕਲ ਕੋਈ ਨਹੀਂ ਕਿਰਾਏ ਤੇ ਦਿੰਦਾ, ਉਹ ਯੂਕੇ ਦਾ ਵੀਜ਼ਾ ਲੈ ਕੇ ਆ ਜਾਂਦੇ ਨੇ। ਕਿੱਧਰ ਨੂੰ ਪੰਜਾਬ ਦੇ ਕਿਸਾਨਾਂ? ਅੱਗੇ ਪ੍ਰੋਗਰਾਮ ਤੋਂ ਲੇਟ ਹੋ ਗਿਆ। ਚਲ ਇੱਕ ਆਈਟਮ ਸੁਣਾ ਦੇ, ਜੇ ਚੰਗੀ ਲੱਗੀ ਤੈਨੂੰ ਲਿਫਟ ਦੇ ਦੇਾਂਗੇ ਫਿਰ। ਰੋਡ ਤੇ ਖੜੇ ਆ, ਘਰੇ ਪੁਲਿਸ ਦੀ ਰੇਡ ਪੈ ਗਈ। ਆ ਗੱਲ ਸੁਣ, ਤੇਰੇ ਕੋਲ ਕੋਈ ਰਹਿਣ ਲਈ ਕੋਈ ਕਮਰਾ ਹੈ? ਕੋਈ ਘਰ ਚਾਹੀਦਾ? ਉਹ ਤੇਰੇ ਕੋਲ ਆਪਣਾ ਹੈ, ਉਹ ਤੇਰੇ ਵਰਗੀਆਂ ਚੀਜ਼ਾਂ ਕੁੱਕੜਾਂ ਤੇ ਖੁੱਡਿਆਂ 'ਚ ਰਹਿੰਦੀਆਂ ਹੁੰਦੀਆਂ, ਘਰਾਂ 'ਚ ਨਹੀਂ। ਘਰ ਚਾਹੀਦਾ ਜੇ ਕਿ ਨਹੀਂ? ਵੱਜ ਗਿਆ ਅਲਾਰਮ, ਸਵੇਰ ਹੋ ਗਈ, ਕੰਮ ਛੁੱਟ ਗਿਆ। This is the house ਔਰ ਇਹਨੂੰ ਬਿਲਕੁਲ ਆਪਣਾ ਘਰ ਨਹੀਂ ਸਮਝਣਾ। ਤੁਸਾਂ ਵੀ ਬਾਥਰੂਮ ਜਾਣਾ ਹੈ? ਜੇ ਤੁਸੀਂ ਜਾਣਾ ਤੁਸੀਂ ਪਹਿਲਾਂ ਚਲੇ ਜਾਓ। ਨਹੀਂ ਤੁਸੀਂ ਜਾਓ। ਚੱਲ ਚੱਲ ਮੇਰਾ, ਕਮਰੇ ਦਾ ਕਿਰਾਇਆ ਰਹਿਣ ਦੇ, ਐਂਦਾ ਤੂੰ ਮੇਰੇ ਨਾਲ ਤੈਅ ਕਰ ਮੰਥਲੀ ਕੀ ਦੇਣਾ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ। ਤੁਸੀਂ ਸਭ ਤੁਸੀਂ ਕਿਵੇਂ ਬੁੱਕੇ ਹੋਏ ਸੀ? ਅੱਛਾ ਇਸ ਤਰ੍ਹਾਂ ਹੋਏ ਸੀ। ਉੱਠਣਾ ਹੀ ਪੈਣਾ ਏ ਰਜ਼ਾਈ ਤੇ। ਮੈਂ ਪੰਜਾਬ ਪੈਸੇ ਕਿਵੇਂ ਭੇਜਣੇ? ਪੌਣੇ ਕਿੰਨੇ ਤੁਸੀਂ ਇਹ ਦੱਸੋ। ਮੈਂ 20 ਪਾਉਂ। ਭਾਜੀ ਰਕਮ ਜ਼ਿਆਦਾ ਹੁੰਦੀ ਤੁਹਾਡੇ ਕੋਲ, ਨਾਲ ਗਨਮੈਨ ਰੱਖਿਆ ਕਰੋ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ। ਮਸ਼ੀਨ ਵੇਲੀ ਆ? ਨਹੀਂ, ਵਿੱਚ ਡੰਗਰ ਬੰਨੇ ਨੇ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ। ਉਹ ਇੱਥੇ ਇਹੋ ਜਿਹੇ ਲੋਕੀ ਜਿਨ੍ਹਾਂ ਨੂੰ ਇੰਨਾ ਚਿਰ ਹੋ ਗਿਆ ਬਾਹਰ ਆਇਆ ਨੂੰ, ਹਾਲੇ ਵੀ ਚੌਂਕ 'ਚ ਇੰਜ ਖਲੋਤੇ ਹੁੰਦੇ ਜਿਵੇਂ ਚੂਹੀ ਦੇ ਚਾਕੂ ਵੱਜਿਆ ਹੁੰਦਾ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ। ਯਾਰ ਤੂੰ ਕੁੜੀ ਲੱਭਣ ਆਇਆ, ਤੂੰ ਇੱਥੇ ਆ ਬੁੱਤ ਵੇਖੀ ਜਾਣਨੇ? ਉਸ ਡਿਜ਼ਾਈਨ ਤੇ ਚੈੱਕ ਕਰ ਲਈਏ ਨਾ। ਉਹ ਲੰਮੀ ਜੀ ਵੇਖ ਲਾ, ਫਿਰ ਤੁਹਾਡੇ ਘਰ ਇੱਕ ਵੀ ਨਹੀਂ ਹੈਗੀ। ਚੱਲ ਚੱਲ ਮੇਰਾ। ਚੱਲ ਦੱਸ ਕੀ ਗੱਲ ਕਰਨੀ ਸੀ? ਸਮਝ ਨਹੀਂ ਆ ਰਹੀ ਯਾਰ, ਕਿਵੇਂ ਕਵਾਂ? ਬੋਲ। 2000 ਪਾਉਣ ਚਾਹੀਦੇ ਯਾਰ ਧਾਰੇ। ਤੂੰ ਇੰਨੀ ਦੂਰੋਂ ਮੈਨੂੰ ਪੈਸੇ ਮੰਗਣ ਲਈ ਬੁਲਾਇਆ ਉਧਾਰੇ? ਮੈਂ ਕਿਹਾ ਸਾਹਮਣੇ ਮੰਗਦਾ, ਤੈਨੂੰ ਨਾ ਕਰਦੀ ਨੂੰ ਸੰਗ ਤੇ ਲੱਗੂਗੀ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ। ਮੇਰੇ ਪਿਓ ਨੇ ਮੈਨੂੰ ਕਰਜ਼ਾ ਲੈ ਕੇ ਭੇਜਿਆ ਇੱਥੇ। ਰੋਜ਼ ਲੈਣ ਦੇ ਨਾਲ ਘਰੇ ਗੇੜੇ ਮਾਰਦੇ ਆ, ਭੁੱਖੇ ਰਹਿ ਰਹਿ ਦਿਹਾੜੀਆਂ ਲਾਉਂਦੇ, ਕੀ ਕਰੀ ਯਾਰ ਦੱਸ ਤੂੰ ਮੈਨੂੰ? ਚੱਲ ਮੇਰਾ ਪੁੱਤ। ਸੋ ਦੈਟ ਵਾਜ ਦ ਮੂਵੀ ਟ੍ਰੇਲਰ। ਇਸਕੀ ਜੋ ਸਟੋਰੀ ਆ, ਮੁਝੇ ਲੱਗਦਾ ਹੈ ਕਿ ਕੁਛ ਨੌਜਵਾਨ ਹੈ ਪੰਜਾਬ ਕੇ, ਕੁਛ ਇਸ ਪੰਜਾਬ ਕੇ ਪਾਕਿਸਤਾਨ ਕੇ, ਔਰ ਕੁਛ ਉਸ ਇੰਡੀਅਨ ਪੰਜਾਬ ਕੇ, ਔਰ ਵੋ ਉਧਰ ਇੱਕ ਦੂਸਰੇ ਕੀ ਹੈਲਪ ਕਰ ਰਹੇ ਹੈ ਮੁਖਤਲਿਫ ਸ਼ੋਅ ਮੇਂ। ਤੋ ਬੜੀ ਬੜੀ ਹੀ ਮਜ਼ੇਦਾਰ ਮੂਵੀ ਹੈ, ਬਹੁਤ ਕਾਮੇਡੀ ਹੋਣੇ ਵਾਲੀ ਇਸ ਮੇਂ। ਤੋ ਜੋ ਇੰਡੀਅਨ ਪੰਜਾਬ ਕੇ ਰਹਿਣੇ ਵਾਲੇ ਵੋ ਤੋ ਸਿਨੇਮਾ ਹਾਲ ਮੇਂ ਜਾ ਕੇ ਦੇਖੇ, ਲੇਕਿਨ ਹਮ ਵੀ ਡਾਊਨਲੋਡ ਕਰ ਲੇਂਗੇ ਨੈੱਟ ਵਗੈਰਾ ਸੇ, ਹਮ ਵੀ ਜੁਗਾੜ ਲਗਾ ਲੇਂਗੇ ਕਹੀਂ ਸੇ। ਬਿਹਤਰੀਨ ਮੂਵੀ ਹੈ ਮੇਰੇ ਹਿਸਾਬ ਸੇ ਸੰਨ 2019 ਕੀ ਪੰਜਾਬੀ ਫਿਲਮ। ਤੋ ਬੈਸਟ ਆਫ ਲੱਕ
चल मेरा बहुत 26 जुलाई को रिलीज़ हो रही है वर्ल्ड वाइड, पाकिस्तान में रिलीज़ नहीं हो रही क्योंकि इंडिया पाकिस्तान टाइज हैं। सो होप करते हैं कभी कभी तो ऐसा होगा कि यहाँ की फिल्में वहाँ चलें और वहाँ की फिल्में यहाँ चलें, तो सब इंजॉय करें यार। क्या क्या रखा है लड़ाई झगड़ों में और जंगों फसादों में। सो आज की वीडियो को अहतमाम को जन्म ले जाता हूँ। तो मुझे, मैं आपसे एक बात बताना चाह रहा हूँ, मुझे अल्लाह हाफिज़ करने का दिल नहीं करता बिल्कुल। मैं कहता हूँ कि आपसे कनेक्टेड रहूँ इस वीडियो के थ्रू, किसी और तरीके के थ्रू। सो बड़े भारी दिल के साथ अल्लाह हाफिज़, गुड बाय एंड खुदा हाफिज़।